ਦਵਿੰਦਰ ਪੈਸੇ ਤੇ ਕਢਾ ਲਿਆਂਦੇ ਆ ਤੇ ਕੱਪੜੇ ਬਣਾ ਲਿਆਓ ਤੇ ਨਾਲੇ ਕੁੜੀ ਦਾ ਵੀ ਸੂਟ ਇੱਕ ਲੈ ਆਇਓ। ਕੋਈ ਨੀ ਮੰਮੀ, ਬਣਾ ਲਿਆਵਾਂਗੇ। ਚਲ ਜਾਓ ਕਿਸੇ ਦਿਨ ਸ਼ਹਿਰ। ਠੀਕ ਹੈ। ਚਲ ਕਿੱਥੇ ਚਲੇ ਜੇ? ਗੌਰਵ ਦੀ ਨਹੀਂ, ਸੁੱਤਾ ਹੋ, ਆ ਜਾ ਤੁਸੀਂ ਪੀ ਲਓ। ਕੋਈ ਗੱਲ ਨੀ, ਉਹਨੇ ਉੱਠਦੇ ਸਾਰੇ ਕਹਿਣਾ ਮੈਨੂੰ ਬਣਾ ਕੇ ਦਿਓ। ਨਹੀਂ ਨਹੀਂ ਮੇਰੀ ਗੱਲ ਸੁਣੋ, ਸੁੱਤਾ ਵਾ। ਚਾਹ ਵੇਖ ਕੇ ਵੇਖੋ ਕਿੰਨੀ ਛੇਤੀ ਉੱਠਦਾ। ਲੈ ਇੰਨਾ ਸੁੱਤਾ ਜੇ ਤਾਂ ਬਹੁਤ ਥੱਕਿਆ ਹੁੰਦਾ ਵਾ। ਗੌਰਵ ਗੌਰਵ ਉੱਠ, ਚਾਹ ਪੀ ਲਾ, ਚਾਹ ਪੀ ਲਾ। ਜਾ ਕੇ ਕੁੜੀ ਨੂੰ ਦੇ ਆਪਣੀ ਨੂੰ ਚਾਹ। ਖਬਰਦਾਰ ਜੀ ਮੈਨੂੰ ਚਾਹ ਪੁੱਛੀ ਨਾ, ਮੇਰੇ ਕਮਰੇ ਚ ਆਉਣ ਦੀ ਲੋੜ ਆ। ਇੱਥੋਂ ਨਿਕਲ ਜਾ, ਇਹ ਸਾਡਾ ਘਰ ਆ ਸਾਡਾ। ਗੌਰਵ ਕਿੱਦਾਂ ਗੱਲ ਕਰਨ ਡਿਆ ਵਾ? ਗੱਲ ਕਿੱਦਾਂ ਕਰਨ ਡਿਆ ਵਾ? ਸੁੱਖ ਕਿੱਥੇ ਆ? ਉਹਨੂੰ ਬੁਲਾ ਕੇ ਲਿਆਓ, ਉਹਨੂੰ ਮੈਂ ਕੱਢਦਾ ਘਰੋਂ ਬਾਹਰ। ਕੀ ਬੋਲਣ ਡਿਆ ਵਾ? ਮੈਂ ਜੋ ਬੋਲਣ ਡਿਆ ਸਹੀ ਬੋਲਣ ਡਿਆ ਵਾ। ਇਹ ਘਰ ਮੇਰਾ ਵਾ ਮੇਰਾ, ਉਹ ਆਪਣਾ ਹੱਕ ਸਮਝਦੀ। ਇੱਥੇ ਉਹਨੂੰ ਕੱਢੋ ਘਰੋਂ ਬਾਹਰ। ਦਵਿੰਦਰ ਬੁਖਾਰ ਹੋਇਆ ਵਾ ਤੇ ਸਿਰ ਨੂੰ ਚੜ ਗਿਆ। ਜਾ ਤੂੰ, ਤੂੰ ਵੀ ਇਹਨਾਂ ਦਾ ਸਾਥ ਦਿੰਨੀ ਆ। ਇਹ ਕੀ ਕਰਨ ਡਿਆ ਅੱਜ? ਸੁੱਖ ਕਿੱਥੇ ਆ? ਕੀ ਕਹਿੰਦਾ ਸੁੱਖ ਨੂੰ? ਉਹਨੂੰ ਘਰੋਂ ਬਾਹਰ ਕੱਢੋ ਵੀ, ਉਹ ਮੇਰੀਆਂ ਚੁਗਲੀਆਂ ਲਾਉਂਦੀ, ਸ਼ਿਕਾਇਤਾਂ ਲਾਉਂਦੀ ਆ ਕੇ। ਭੈਣ ਵਾ ਏਦਾਂ ਨਹੀਂ ਬੋਲੀਦਾ। ਗਲਤੀ ਤੇਰੀ ਸੀ ਨਾ, ਇਹਨਾਂ ਨੂੰ ਏਦਾਂ ਬੋਲੀਦਾ ਵਾ। ਮਾਰਾ ਤੂੰ ਚੁੱਪ ਕਰ ਜਾ, ਤੂੰ ਨਾ ਬੋਲ। ਕਿਉਂ ਬੋਲਾਂ? ਕਿਉਂ ਨਾ? ਇਹ ਕਰ ਬਈ, ਮੈਂ ਤਾਂ ਸਵਾਲ ਕੇ ਗਈ ਹਾਂ, ਬੜਾ ਸੋਹਣਾ ਆਇਆ ਸੀ। ਮੈਂ ਤੈਨੂੰ ਕਹਿਤਾ ਨਾ, ਨਾ ਮੇਰੇ ਕਮਰੇ ਚ ਆਉਣ ਦੀ ਲੋੜ ਆ। ਕਿੱਦਾਂ ਬੋਲਦਾ? ਤੂੰ ਖਾਧਾ ਕੁਛ? ਆਹੋ ਖਾਧਾ, ਮੈਂ ਜੋ ਮਰਜ਼ੀ ਖਾਵਾਂ, ਤੁਸੀਂ ਨੀ ਵਿੱਚ ਸਾਡੇ ਘਰ ਦੇ ਮਾਮਲੇ ਚ ਆਉਣਾ, ਠੀਕ ਆ? ਮੈਂ ਜੋ ਮਰਜ਼ੀ ਕਰਾਂ ਤੁਹਾਨੂੰ ਕੀ ਆ? ਮੈਂ ਤਾਂ ਚਪੇੜ ਮਾਰਨੀ ਆ। ਕਰ ਕੀ ਆਏ? ਕਿਹੜੇ ਘਰ ਦੀ ਗੱਲ ਕਰਨ ਡਿਆ? ਤੇ ਨਾਲੇ ਕੀ ਖੇ ਬਸਾਂ ਖਾ ਕੇ ਆਇਆ ਵਾ? ਆ ਲੈਂਦੇ ਤੇਰੇ ਪਿਓ ਨੂੰ ਅੱਜ ਦੱਸਣੀ ਆ। ਇਹ ਵਿਗੜ ਗਿਆ ਵਾ, ਤੈਨੂੰ ਦਿਖਣ ਨਹੀਂ ਡਿਆ ਇਹਨੇ ਕੁਛ ਖਾਧਾ ਵਾ? ਹਾਏ ਦੀਦੀ, ਮੈਂ ਤਾਂ ਚੰਗਾ ਭਲਾ ਅੰਦਰ ਛੱਡ ਗਈ, ਮੈਨੂੰ ਕੀ ਪਤਾ ਕੀ ਖਾਧਾ ਨਹੀਂ ਕਿ ਲੈ ਕੇ ਪਰਦੇ ਪਾਏਗੀ। ਕਿੰਨੇ ਕੁ ਪਰਦੇ ਪਾਏਗੀ? ਜੇ ਤੇਰਾ ਪੁੱਤ ਵਾ ਤੇ ਸਾਡਾ ਵੀ ਇਹੋ ਹੀ ਆ। ਦੀਦੀ ਮੈਂ ਕੀ ਕਰਾਂ, ਮੈਨੂੰ ਤੇ ਕੋਈ ਸਮਝ ਨਹੀਂ ਆਉਣ ਡਿਆ। ਅਸੀਂ ਇੱਕ ਸ਼ਰਾਬ ਨੂੰ ਲੈ ਕੇ ਪਰੇਸ਼ਾਨ ਹੋਣ ਡਏ ਆ ਤੇ ਤੂੰ ਪਤਾ ਨਹੀਂ ਕਿਹੜੇ ਕਿਹੜੇ ਕੰਮਾਂ 'ਚ ਤੁਰਿਆ ਫਿਰਨ ਡਿਆ ਵਾ। ਅੱਜ ਆ ਲੈਂਦੇ ਤੇ ਵੱਡੇ ਨੂੰ ਵੀ ਫੋਨ ਲਾਉਨੇ ਆ, ਪਹਿਲਾਂ ਤੈਨੂੰ ਵੇਖ ਲੈਨੇ ਆ। ਮੇਰਾ ਸਿਰ ਨਾ ਖਾਓ, ਆ ਗਈਆਂ। ਪਰ ਪਾਇਆ ਤਾਂ ਵਿਗੜ ਗਿਆ ਕਿ ਨਹੀਂ? ਹੁਣ ਸੁਧਰ ਤਾਂ ਵੇਖੀ ਕਿੱਦਾਂ ਮੰਮੀ? ਜਾ ਕੇ ਨਾ ਆਪਣੀ ਕੁੜੀ ਨੇ ਸੁਧਾਰ ਪਹਿਲਾਂ, ਠੀਕ ਆ? ਕਿੱਦਾਂ ਬੋਲਦਾ? ਜ਼ੁਬਾਨ ਬੰਦ ਕਰ ਲਾ। ਤੂੰ ਚੁੱਪ ਹੋ ਜਾ, ਕੱਲ ਵੇਲੇ ਤੇਰੇ ਗਲ ਪਈ ਜਾਨੀ ਆ। ਚੁੱਪ ਕਰਕੇ ਬਹਿ ਜਾ, ਤੈਨੂੰ ਮੈਂ ਦੱਸਦਾ ਜੇ ਤੁਸੀਂ ਸਾਰੇ ਮੇਰੇ ਦੁਆਲੇ ਹੋ ਜਾਂਦੇ ਜੇ। ਹੈਂ ਤੇ ਬੈਠ ਮਾਰਨਾ ਬੋਤਾ ਤਾਂ ਦਾ ਨਾ ਜਾ। ਮੈਂ ਕਿਤੇ ਮਰ ਜੀ ਜਾਵਾਂ? ਕਹਿਣਾ ਨਹੀਂ, ਮਾਰ ਵਾ ਜੋ ਬੰਨੂ ਇਹਨੂੰ ਦੱਸੇ ਜਾ, ਲਾ ਲਓ ਜਿਹਨੂੰ ਬੁਲਾਉਣਾ ਵਾ। ਹਾਏ ਰੱਬਾ, ਇਹ ਤੇ ਬੜਾ ਗਾਹ ਲੰਘ ਗਿਆ ਵਾ। ਇਹ ਤਾਂ ਚੜ ਗਿਆ ਪ੍ਰੀਤ। ਅਸੀਂ ਤੇ ਸੋਚਿਆ ਸੀ ਵੀ ਚੱਲ ਇਹਨੇ ਇੱਕ ਦੋ ਪੈਗ ਲਾ ਲਿਆ ਸੀ ਉਸ ਚੀਜ਼ ਨੂੰ, ਘਰ ਦੇ ਵਿੱਚ ਇੰਨਾ ਚੁੱਕਿਆ ਵਾ, ਇਹ ਸੁਧਰ ਜੂਗਾ। ਸੁੱਖ ਸਹੀ ਕਹਿੰਦੀ ਵੀ ਇਹ ਵੱਡੀਆਂ ਗੈਂਗਾਂ ਦੇ ਨਾਲ ਫਿਰਦਾ ਤੇ ਅਸੀਂ ਧਿਆਨ ਹੀ ਨਹੀਂ ਦਿੱਤਾ। ਦਵਿੰਦਰ ਐਸਾ ਹਫ਼ਤੇ ਅਸੀਂ ਲੁੱਟੇ ਗਏ। ਦੀਦੀ ਸਾਡੇ ਨਾਲ ਤੇ ਬਹੁਤ ਮਾੜੀ ਹੋ ਗਈ ਆ। ਮੰਮੀ ਜਦੋਂ ਮੈਂ ਪਾ ਕੇ ਗਈ ਹਾਂ ਅੰਦਰ, ਮੈਨੂੰ ਨਹੀਂ ਪਤਾ ਇਹਨੇ ਅੰਦਰ ਹੀ ਅੰਦਰ ਕਿਹੜਾ ਨਸ਼ਾ ਕਰ ਲਿਆ ਵਾ, ਮੈਨੂੰ ਨਹੀਂ ਪਤਾ ਇਹ ਹਟਦੇ। ਮਨ ਨਾ ਮਨ ਦਵਿੰਦਰ ਅੰਦਰ ਹੀ ਅੰਦਰ ਨਹੀਂ ਕੀਤਾ, ਕਰਕੇ ਆਇਆ ਇਹ ਕਰਦਾ ਵਾ ਜਾਂਦਾ ਵਾ, ਸਾਨੂੰ ਨਹੀਂ ਪਤਾ ਲੱਗਾ। ਤੈਨੂੰ ਮੈਂ ਕਹਿੰਦੀ ਆ ਨਾ ਇਹ ਸੌਂਦਾ ਬੜਾ ਵਾ, ਅਸੀਂ ਇਹ ਗੱਲ ਨੂੰ ਸਮਝਿਆ ਨਹੀਂ। ਬਾਹਰੋਂ ਹੀ ਕਰਕੇ ਆਇਆ ਵਾ। ਰੱਬਾ ਜੋ ਬੰਨ ਨੂੰ ਦੱਸਿਆ ਤੇ ਘਰ ਚ ਇੰਨੀ ਲੜਾਈ,
ਹਰਜੀ ਭਾਜੀ ਨੂੰ ਪਤਾ ਲੱਗ ਗਿਆ। ਇਸ ਟਾਈਮ ਤੇ ਉਹ ਆਪਣੇ ਆਪ ਤੋਂ ਬਾਹਰ ਵਾ, ਇਸ ਟਾਈਮ ਤੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਹੀ ਨਹੀਂ ਆ। ਇਹ ਤੇ ਬਾਅਦ ਵਿੱਚ ਵੇਖਾਂਗੇ, ਹੁਣ ਹੋਸ਼ ਆਊਗੀ ਤੇ ਪਰ ਵੇਖਣਾ ਕੀ ਆ, ਜਿਹਨੇ ਸਾਡੇ ਤੇ ਹੱਥ ਚੁੱਕ ਲਿਆ ਉਹ ਕਿੰਨੀ ਗਾਂ ਲੰਘ ਗਿਆ ਹੋਊਗਾ ਇਹ ਸੋਚ। ਦੀਦੀ ਵੇਖੀਏ ਬਾਹਰ ਕਿੱਧਰ ਨੂੰ ਗਿਆ ਵਾ, ਟਾਹਣੀਆਂ ਦੇ ਵਿੱਚ ਬੈਠਿਆਂ ਆ ਕੰਮ ਮੇਰਾ ਹੁੰਦਾ ਈ ਓ, ਐਦਾਂ ਵਿਗੜਦੇ ਈ ਓ, ਪਹਿਲਾਂ ਤਾਂ ਚੰਦੇ ਹੁਣ ਤਾਂ ਫਿਰ ਆ ਕੰਮ ਨਹੀਂ ਹੁੰਦਾ। ਮੰਮੀ ਅਜੇ ਤੇ ਪੜ੍ਹ ਨਹੀਂ ਰਿਹਾ ਵਾ, ਘਰੋਂ ਬਾਹਰ ਇੰਨਾ ਕਦੀ ਗਿਆ ਨਹੀਂ ਆ, ਕੀ ਚੰਡੀਏ ਅਸੀਂ। ਹਾਂ ਸਕੂਲੇ ਵੀ ਨਾ ਨਿਆਣਿਆਂ ਨੂੰ ਘਲਾਈ ਆਏ ਕਰੀਏ, ਪਲੱਸ 1-2 ਚ ਨਿਆਣਿਆਂ ਦਾ ਇੰਨਾ ਖਤਰਾ ਪੈ ਜਾਂਦਾ ਵਾ। ਮੰਮੀ ਇੰਨਾ ਰੌਲਾ ਕਿਉਂ ਪੈਂਦਾ, ਕੀ ਹੋਇਆ? ਰੌਲਾ ਕੀ ਪੈਣਾ, ਸੁੱਖ ਗੌਰਵ ਕੁਛ ਖਾ ਕੇ ਆਇਆ ਬਾਹਰੋਂ, ਖਾ ਕੇ ਅੰਦਰ ਤੇ ਹੱਥ ਵੀ ਚੁੱਕਿਆ। ਉਹ ਤੇ ਮੰਮੀ ਚੁੱਕਣਾ ਹੀ ਸੀ, ਤੇ ਇੱਕ ਦਿਨ ਆਹ ਸਭ ਕੁਛ ਹੋਣਾ ਹੀ ਹੋਣਾ ਸੀ। ਮੈਂ ਤੇ ਤੁਹਾਨੂੰ ਪਹਿਲਾਂ ਕਹਿੰਦੀ ਸੀ, ਇਹ ਤੇ ਮੰਮੀ ਪੂਰੇ ਕਾਲਜ ਚ ਅੱਗੇ ਚਰਚੇ ਆ, ਜਿਨ੍ਹਾਂ ਦੇ ਨਾਲ ਫਿਰਦਾ ਨਾ ਆ ਤੇ ਦਿਨ ਛੇੜੀ ਆ, ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਪਰ ਤੁਸੀਂ ਕਦੇ ਗੌਰ ਹੀ ਨਹੀਂ ਕੀਤੀ, ਹੁਣ ਅੱਜ ਪਤਾ ਲੱਗਾ। ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਸੁੱਖ, ਪੜ੍ਹਨ ਵਾਸਤੇ ਦੇ ਬੱਚੇ ਨੇ ਅਕਸਰ ਉਹਨੂੰ ਕਾਲਜ ਹੀ ਭੇਜਣਾ ਵਾ, ਤੇ ਜੇ ਕਾਲਜ ਤੇ ਬੱਚੇ ਇਹੋ ਜਿਹਾ ਕੰਮ ਕਰਨ ਲੱਗ ਗਏ ਤੇ ਅੰਦਰ ਪਾ ਕੇ ਤੇ ਨਿਆਣੇ ਰੱਖ ਨਹੀਂ ਲੈਣੇ, ਕੰਮਾਂ ਕਾਰਾਂ ਨੂੰ ਇਹਨਾਂ ਬਾਹਰ ਵੀ ਜਾਣਾ, ਘਰ ਦੇ ਕੰਮਾਂ ਨੂੰ ਵੀ ਬਾਹਰ ਨਿਕਲਣਾ, ਏਦਾਂ ਦੇ ਹਾਲਾਤ ਬਹੁਤ ਮਾੜੇ ਆ। ਇਹਨਾਂ ਤੇ ਲੋਕ ਡਰਦੇ ਆਪਣੇ ਬੱਚੇ ਬਾਹਰ ਹੀ ਨਹੀਂ ਕੱਢਿਆ ਕਰਨਗੇ। ਭਾਵੇਂ ਮੰਮੀ ਜੇ ਕਾਲਜ ਜਾਣਾ ਵਾ ਨਾ ਤੇ ਜਦੋਂ ਬੱਚੇ ਬਾਰੇ ਇੱਕ ਦੋ ਵਾਰੀ ਦੱਸਿਆ ਹੋਵੇ ਨਾ ਉਹਨੂੰ ਖਿੱਚ ਕੇ ਰੱਖਣਾ ਵੀ ਚਾਹੀਦਾ, ਪਰ ਤੁਸੀਂ ਉਹਨੂੰ ਕਦੇ ਕਿਹਾ ਹੀ ਨਹੀਂ ਆ, ਤਾਂ ਹੀ ਤੇ ਵਿਗੜ ਗਿਆ। ਜੋਬਨ ਬਥੇਰਾ ਸਾਰੇ ਸਮਝਾਉਂਦੇ ਆ, ਕੋਲ ਬਹਿ ਕੇ ਤੋਤੇ ਵਾਂਗੂ ਸਮਝਾਈਦਾ ਵਾ, ਪਰ ਆਂਦੇ ਨਾ ਜਦੋਂ ਬੱਚਾ ਨਸ਼ੇ ਤੇ ਲੱਗ ਜੇ ਤੇ ਅੰਨਾ ਹੋ ਜਾਂਦਾ। ਦੱਸਣ ਵਾਲਾ ਤੇ ਜ਼ਹਿਰ ਲੱਗਦਾ ਵਾ, ਕਹਿਣ ਡਿਆ ਸੁੱਖ ਨੂੰ ਕੱਢੋ ਘਰੋਂ ਬਾਹਰ, ਉਹਨੇ ਮੇਰੀ ਚੁਗਲੀ ਲਾਈ ਆ। ਇਹਨੇ ਤੇ ਮੈਨੂੰ ਕਹਿਣਾ ਹੀ ਆ, ਕਿਉਂਕਿ ਮੈਂ ਸੱਚੀਆਂ ਚੋਂ ਕਹਿੰਦੀ ਆ, ਸੱਚਾਈ ਹਮੇਸ਼ਾ ਕੜਵੀ ਲੱਗਦੀ ਹੁੰਦੀ ਆ। ਹੁਣ ਕਿੱਥੇ ਗਿਆ? ਪਤਾ ਨਹੀਂ ਬਾਹਰ ਨੂੰ ਚੱਲ ਗਿਆ। ਬਾਹਰ ਨੂੰ ਚੱਲ ਗਿਆ ਹੁਣ ਫੇਰ ਆਪਣੇ ਘਰ ਚ ਗਿਆ। ਸਿਆਣੇ ਆਂਦੇ ਹੁੰਦੇ ਆ, ਸੱਚ ਆਖਾਂ ਤੇ ਭੱਜਣ ਖਾਖਾਂ, ਦਾਦੀ ਸੱਚ ਨਾ ਆਖਾਂ। ਮੈਂ ਤੇ ਆਖਾਂ ਚਾਹ ਘੁੱਟ ਬਣਾਈ ਪੀਨੇ ਆ, ਚੱਲ ਇਹਨੂੰ ਵੀ ਦੇ ਦੇਣੀ, ਮੁੜ ਕੇ ਮੰਗਦਾ ਹੁੰਦਾ ਵਾ, ਪਰ ਜੇ ਮੈਂ ਨਾ ਠਾਲਦੀ ਤੇ ਆ ਸੱਚ ਸਾਹਮਣੇ ਆਉਣਾ ਕਿੱਦਾਂ ਸੀ। ਉਹ ਚਲੋ ਕੋਈ ਗੱਲ ਨਹੀਂ, ਹੁਣ ਐਵੇਂ ਨਾ ਟੈਨਸ਼ਨ ਲੈ ਜਾਓ, ਜਦੋਂ ਕਹਿਣਾ ਹੀ ਉਦੋਂ ਕਿਹਾ ਨਹੀਂ, ਜਦੋਂ ਕਹਿਣਾ ਸੀ ਉਦੋਂ ਤਾਂ ਤੁਸੀਂ ਕਹਿੰਦੇ ਨਹੀਂ ਆ। ਤੈਨੂੰ ਪਤਾ ਇਹ ਦਲਦਲ ਚ ਫਸਿਆ ਬੱਚਾ ਬਾਹਰ ਨਹੀਂ ਨਿਕਲ ਸਕਦਾ, ਮੁੜ ਕੇ ਤੂੰ ਸੱਚ ਦੀ ਗੱਲ ਕਹਿਣ ਡਈ ਆ। ਹੁਣ ਹੋ ਵੀ ਕੀ ਸਕਦਾ ਫਿਰ, ਹੁਣ ਤੇ ਆਪਣੀਆਂ ਹੱਦਾਂ ਪਾਰ ਕਰ ਗਿਆ ਸਾਰੀਆਂ ਮੰਮੀ, ਜਦੋਂ ਤੱਕ ਕਰ ਹੀ ਗਿਆ ਵਾ, ਪਰ ਇਹ ਹੱਥ ਤੇ ਹੱਥ ਧਰ ਕੇ ਬਹਿ ਤੇ ਨਹੀਂ ਨਾ ਸਕਦੇ, ਸੁਧਾਰਾਂਗੇ, ਦੱਸਾਂਗੇ ਸਾਰਿਆਂ ਨੂੰ। ਜੋਬਨ ਨੂੰ ਕਹਿੰਦੇ ਆ ਖਰੇ ਸਮਝਾਵੇ ਤੇ ਆਖੇ ਨਾ ਮੰਮੀ ਅਜੇ ਨਾ ਜੋਬਨ ਨੂੰ ਦੱਸਿਆ ਆਊਗਾ। ਹਾਂ ਅਜੇ ਵੀ ਨਾ ਮੰਮੀ ਦੱਸਿਓ, ਮੇਰੀ ਗੱਲ ਸੁਣ, ਅਜੇ ਗੌਰਵ ਆਪਣੇ ਆਪ ਤੋਂ ਬਾਹਰ ਵਾ, ਪੂਰਾ ਟੱਲੀ ਹੋਇਆ ਅਗਲਾ, ਥੋੜਾ ਉਹ ਸਵੇਰੇ ਨਸ਼ਾ ਉਹਦਾ ਉਤਰੂਗਾ ਨਾ, ਸਹਿਜ ਪਾਣਾ, ਫਿਰ ਦੱਸੋ। ਇਸ ਟਾਈਮ ਜੋਬਨ ਉਹਨੂੰ ਕੁਛ ਕਹੂਗਾ ਨਾ ਤੇ ਉਹਨੇ ਖਾਣ ਪੈਣਾ ਅੱਗਿਓ, ਜੇ ਹੱਥ ਦੇ ਹੱਥ ਚੁੱਕ ਸਕਦਾ ਵਾ ਤੇ ਆਪਣੇ ਪਿਓ ਦੇ ਗੱਲ ਨਾ ਪਊਗਾ, ਜਦੋਂ ਉਹਨੂੰ ਪਤਾ ਹੀ ਨਹੀਂ ਆਪਣੇ ਆਪ ਦਾ। ਚੱਲ ਰਹਿਣ ਦੋ ਫਿਰ ਮੰਮੀ, ਨਾ ਦੱਸੋ ਅਜੇ ਵੀ। ਚੱਲ ਕੱਲ ਨੂੰ ਦੱਸ ਦਾਂਗੇ, ਕੋਈ ਗੱਲ ਨਹੀਂ ਜੀ। ਸੁੱਖ ਤੇ ਨਿਆਣਿਆਂ ਕੱਢੋ ਜਿੱਦਾਂ ਨਿਕਲਦਾ। ਸੁੱਖ ਤੇ ਮੰਮੀ ਨਿਆਣਿਆਂ ਦੀਆਂ ਗੱਲਾਂ ਕਰਦੀ ਆ, ਦੱਸਾਂਗੇ ਜ਼ਰੂਰ, ਮੈਂ ਇਹ ਨਹੀਂ ਕਹਿੰਦੀ ਵੀ ਇਹ ਗੱਲ ਦਾ ਪਰਦਾ ਰੱਖੋ,
ਪਰ ਹਰ ਗੱਲ ਦਾ ਇੱਕ ਸਹੀ ਟਾਈਮ ਹੁੰਦਾ ਵਾ। ਸਵੇਰੇ ਦੱਸਾਂਗੇ। ਸਵੇਰੇ ਦੱਸ ਦਾਂਗੇ। ਦਵਿੰਦਰ ਚੁੱਪ ਕਰ ਨਾ ਰੋ। ਦੁੱਖ ਤੇ ਬੜਾ ਲੱਗਦਾ ਵਾ ਜਦੋਂ ਢਿੱਡ ਦਾ ਜੰਮਿਆ ਹੀ ਮਾਂ ਪਿਓ ਨੂੰ ਧੱਕੇ ਮਾਰੇ, ਤੇ ਇਹ ਤੋਂ ਵੱਧ ਹੋਰ ਕੀ ਹੋਣੀ ਹੁੰਦੀ ਆ। ਪਰ ਕੀ ਕਰੀਏ, ਲੱਗਦਾ ਵਾ ਇਹ ਘਰ ਦੀ ਕਿਸਮਤ ਹੀ ਖਰਾਬ ਆ। ਪਹਿਲਾਂ ਤੇ ਪਰਮਾਤਮਾ ਨੇ ਮੈਨੂੰ ਪੁੱਤ ਨਹੀਂ ਦਿੱਤਾ, ਇਹਦੇ ਵੱਲ ਵੇਖ ਕੇ ਅਸੀਂ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਪੋਤੀ ਆਏ ਵੀ, ਪਰ ਵੱਲ ਵੇਖ ਕੇ ਅਸੀਂ ਕਦੀ ਨਹੀਂ ਸੋਚਿਆ ਵੀ ਸਾਡਾ ਪੁੱਤ ਨਹੀਂ ਹੈਗਾ। ਪਰ ਅਜੇ ਤੂੰ ਕਹਿੰਦੀ ਆ ਵੀ ਇੱਕੋ ਹੀ ਘਰ ਠੀਕ ਆ। ਅੱਜ ਤੇ ਮੇਰੀ ਕੁੜੀ ਨੇ ਛੋਟੀ ਜਿਹੀ ਸੱਚਾਈ ਦੱਸੀ ਆ, ਤੇ ਇਹਨੂੰ ਇੰਨਾ ਗੁੱਸਾ ਲੱਗਾ ਵਾ, ਕਿੱਦਾਂ ਆਪਣੇ ਮੂੰਹੋਂ ਕਹਿਣ ਡਿਆ ਵਾ ਆਪਣੀ ਕੁੜੀ ਨੂੰ ਸਮਝਾ ਜਾ ਕੇ। ਤੂੰ ਮੇਰੀ ਕੁੜੀ ਨੂੰ ਆਪਣਾ ਇਹਨੇ ਕਦੇ ਸਮਝਿਆ ਹੀ ਨਹੀਂ। ਮੈਂ ਤਾਂ ਸੋਚਦੀ ਹੁੰਦੀ ਸੀ ਕਿ ਭੈਣ ਭਰਾ ਵਾ ਚੱਲ ਲੜਦੇ ਹੁੰਦੇ ਆ ਤਾਂ ਗੌਰਵ ਸੁੱਖ ਤੋਂ ਚਿੜਦਾ ਰਹਿੰਦਾ ਵਾ, ਪਰ ਉਹਦੇ ਦਿਲ ਵਿੱਚ ਸੁੱਖ ਵਾਸਤੇ ਕਿੰਨੀ ਜ਼ਹਿਰ ਵਾ। ਜਦੋਂ ਅੱਜ ਉਹਦੇ ਮੂੰਹ ਰਾਹ ਨਿਕਲੀ ਨਾ ਬਾਹਰ, ਮੈਨੂੰ ਤਾਂ ਫਿਰ ਪਤਾ ਲੱਗਾ। ਨਹੀਂ ਦਵਿੰਦਰ ਨਹੀਂ, ਅਸੀਂ ਇਹ ਗਲਤੀ ਨਹੀਂ ਕਰ ਸਕਦੇ ਵੀ ਅਸੀਂ ਇੱਕੇ ਘਰ 'ਚ ਰਹੀ ਜਾਈਏ। ਵੇਖ ਅਸੀਂ ਵੀ ਸੁੱਖ ਨੂੰ ਕੱਲ੍ਹ ਨੂੰ ਵਿਆਹੁਣਾ ਵਾ, ਅਸੀਂ ਚਾਹੁੰਦੇ ਹਾਂ ਵੀ ਕੋਈ ਘਰ ਜਵਾਈ ਹੋਊਗਾ ਅਤੇ ਨਾਲੇ ਸਾਡੀ ਜ਼ਮੀਨ ਸਾਂਭੂਗਾ ਅਤੇ ਨਾਲੇ ਬੁਢਾਪੇ ਦੇ ਵਿੱਚ ਸਾਡਾ ਸਹਾਰਾ ਬਣੂਗਾ। ਅੱਜ ਵੀ ਗੌਰਵ ਨੇ ਇੰਨੀ ਗੱਲ ਕਹਿਤੀ ਆ, ਕੱਲ੍ਹ ਨੂੰ ਇਹਦਾ ਵਿਆਹ ਹੋਣਾ ਵਾ। ਪਤਾ ਨਹੀਂ ਇਹਦੇ ਨਾਲ ਦੀ ਨੂੰ ਦੋ ਪਰਿਵਾਰ ਦੇ ਵਿੱਚ ਰਹਿਣਾ ਪਸੰਦ ਹੋਵੇ ਵੀ ਜਾਂ ਨਾ ਹੋਵੇ, ਕਿਉਂਕਿ ਅੱਜ ਸਮੇਂ ਪਹਿਲਾਂ ਵਾਲੇ ਨਹੀਂ ਰਹਿ ਗਏ, ਬੜਾ ਕੁਛ ਬਦਲ ਗਿਆ। ਕੁੜੀਆਂ ਵੀ ਕਹਿੰਦੀਆਂ ਸਾਡਾ ਛੋਟਾ ਜਿਹਾ ਪਰਿਵਾਰ ਹੋਵੇ, ਅਸੀਂ ਆਪਣੇ ਆਪ 'ਚ ਆਪਣੀ ਦੁਨੀਆਂ 'ਚ ਰਹੀਏ। ਇਹ ਕਰਕੇ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਅਲੱਗ ਘਰ ਹੋਣਾ ਬੜਾ ਜ਼ਰੂਰੀ ਆ। ਗੌਰਵ ਨੇ ਤਾਂ ਅੱਜ ਇੰਨਾ ਉੱਪਰਾ ਪੰਜ ਆ ਵਕਾਲਤਾ ਵਾ। ਅੱਛਾ, ਅਤੇ ਗੱਲ ਘਰ ਦੀ ਨਹੀਂ ਆ, ਗੱਲ ਜ਼ਮੀਨ ਦੀ ਆ, ਅਤੇ ਹੁਣ ਤੂੰ ਸਾਡੀ ਹਿੱਕ 'ਤੇ ਸ਼ਰੀਕ ਲਿਆ ਕੇ ਬਾਲੇਂਗੀ। ਬੱਲੇ ਨਹੀਂ ਪ੍ਰੀਤ ਦੀਦੀ, ਵੇ ਹੁਣ ਨਿਆਣਾ ਵਾ ਅਤੇ ਬੱਚਾ ਵਾ, ਬੱਚੇ ਗਲਤੀਆਂ ਕਰਦੇ ਹੁੰਦੇ ਆ, ਉਹਨੂੰ ਗਾਂਹ ਜਾ ਕੇ ਸਮਝ ਆਉਣੀ ਆ ਵੀ ਮੈਂ ਕੀ ਕੀਤਾ ਸੀ, ਕਿੱਦਾਂ ਬੋਲਿਆ ਆਪਣੀ ਤਾਈ ਜੀ ਨੂੰ। ਉਹਦੇ ਦਿਲ 'ਚ ਕੱਖ ਨਹੀਂ ਆ, ਉਹਨੇ ਜੋ ਮੂੰਹ 'ਚ ਆਇਆ ਉਹਨੇ ਵਗਤਾ ਨਸ਼ੇ ਜੇ ਰੋੜ ਲੋਰ 'ਚ, ਅਤੇ ਗਾਂਹ ਗਾਂਹ ਉਹਨੇ ਇੱਦਾਂ ਦਾ ਥੋੜ੍ਹੀ ਰਹਿਣਾ। ਦੀਦੀ ਦਵਿੰਦਰ, ਕਿਹਦੇ ਨਾਲ ਝੂਠ ਬੋਲਣ ਡਈ ਹੈ, ਮੇਰੇ ਨਾ ਜਾਂ ਆਪਣੇ ਆਪ ਨਾ? ਬਸ ਕਰ, ਅੱਜ ਵੇਖ ਤੂੰ ਵੀ ਅੱਜ ਕੀ ਆ, ਉਹ ਆਉਣ ਵਾਲਾ ਕੱਲ੍ਹ ਕਿਹਨੇ ਵੇਖਿਆ ਵਾ? ਉਹ ਨਾਲੇ ਜਿਹੜੇ ਬੱਚੇ ਹਰਾਵਾਂ 'ਤੇ ਤੁਰ ਪੈਂਦੇ ਆ ਨਾ, ਉਹ ਇਹ ਦਲ ਦਲ 'ਚ ਗਾਂਹ ਜਾਂਦੇ ਆ, ਪਛਾਣ ਨੂੰ ਕੋਈ ਕਰਮਾਲਾ ਮੁੜਦਾ। ਮੈਂ ਨਹੀਂ ਚਾਹੁੰਦੀ ਜਾਂ ਮੇਰੇ ਦਿਲ 'ਚ ਇਹੋ ਜਿਹੀ ਕੋਈ ਗੱਲ ਨਹੀਂ ਆ ਵੀ ਇਹ ਗਾਂਹ ਜਾਵੇ, ਕਿਉਂਕਿ ਮੇਰਾ ਵੀ ਉਹ ਬੱਚਾ ਵਾ। ਪਰ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਅਸੀਂ ਇਹ ਫੈਸਲਾ ਲਈਏ ਕਿ ਅਸੀਂ ਸਾਰਾ ਪਰਿਵਾਰ ਇੱਕੇ ਘਰ 'ਚ ਰਹੀ ਜਾਈਏ, ਕੋਈ ਨਹੀਂ ਚੱਲਦਾ ਜਾਣਾ। ਇਹ ਗੱਲ ਗਲਤ ਆ ਦਵਿੰਦਰ, ਇਹ ਮੈਨੂੰ ਮਨਜ਼ੂਰ ਨਹੀਂ। ਘਰ ਬਣਾਉਣਾ ਤੂੰ 100 ਵਾਰੀ ਬਣਾ ਲਾ, ਪਰ ਗੌਰਵ ਦੀ ਜ਼ਮੀਨ 'ਤੇ ਨਹੀਂ ਮੈਂ ਜਾਣ ਦੇਣੀ। ਹੁਣ ਕੀ ਹੋਇਆ ਮੰਮੀ, ਹੁਣ ਕਿਉਂ ਟੈਨਸ਼ਨ ਲੈਂਦੇ ਜੀ? ਜਦੋਂ ਮੈਂ ਇੰਨਾ ਕਹਿੰਦੀ ਸੀ ਉਦੋਂ ਇੰਨਾ ਧਿਆਨ ਦਿੱਤਾ ਹੁੰਦਾ ਤੇ ਆਹ ਦੇਣ ਵੇਖਣ ਨੂੰ ਨਾ ਮਿਲਦਾ। ਧਿਆਨ ਤਾਂ ਦਵਿੰਦਰ ਨੇ ਦੇਣਾ ਸੀ, ਮੈਂ ਤਾਂ ਜਿੰਨੀ ਵਾਰੀ ਵੀ ਉਹਦੇ ਨਾਲ ਗੱਲ ਕੀਤੀ ਹੈ
ਮੈਨੂੰ ਇਹੋ ਹੀ ਕਹਿੰਦੀ ਰਹੀ ਭੈਣ ਬਣ ਕੇ ਚੋਬਨ ਨੂੰ ਨਾ ਦੱਸੀ। ਮੰਮੀ ਇਹੋ ਹੀ ਚਾਚੀ ਦੇ ਪਰਦਿਆਂ ਨੇ ਨਾ ਅੱਜ ਆਹ ਦਿਨ ਵਿਖਾਲਤਾ, ਤੇ ਜੇ ਚਾਚੀ ਆਹ ਪਰਦੇ ਨਾ ਪਾਉਂਦੀ ਤਾਂ ਸਾਰੀ ਗੱਲ ਚਾਚਾ ਜੀ ਨੂੰ ਦੱਸੀ ਹੁੰਦੀ ਹਰ ਵਾਰ, ਤੇ ਇੱਥੋਂ ਤੱਕ ਨੌਬਤੀ ਨਹੀਂ ਆਉਣੀ। ਨਸ਼ਾ ਤੇ ਮੰਮੀ ਜਿਹੜਾ ਮਾੜਾ ਹੈ ਹੀ, ਆਹ ਜਿਹੜੇ ਦੂਜੇ ਕੰਮ ਚ ਫਿਰਦਾ ਨਾ ਇਹ ਉਸ ਤੋਂ ਵੀ ਮਾੜਾ। ਉਹ ਕਿਹੜਾ? ਮੰਮੀ ਮੈਂ ਤੇ ਤੁਹਾਨੂੰ ਅਜੇ ਮੇਨ ਹੀ ਗੱਲ ਦੱਸਣੀ ਆ। ਉੱਥੇ ਤੇ ਕੁੜੀਆਂ ਦੇ ਮਗਰ ਨਿੱਤ ਲੜਾਈਆਂ ਹੁੰਦੀਆਂ ਕਾਲਜ ਚ, ਤੇ ਮੁੰਡੇ ਮਰਨ ਮਰਾਉਣ ਤੱਕ ਜਾਂਦੇ ਆ। ਨਿੱਤ ਕੋਈ ਨਾ ਕੋਈ ਸਿਆਪਾ ਉੱਥੇ ਪਿਆ ਹੁੰਦਾ, ਕੋਈ ਕਿਸੇ ਦਾ ਸਿਰ ਪਾਟ ਗਿਆ, ਕਿਸੇ ਦਾ ਪਰਚਾ ਹੋ ਗਿਆ, ਕਦੇ ਕੋਈ ਲੜਾਈ ਹੋ ਗਈ। ਮੰਮੀ ਉੱਥੇ ਤੇ ਆਹੋ ਕੁਛ ਹੀ ਚੱਲਦਾ। ਮੈਨੂੰ ਤੇ ਨਾ ਕਾਲਜ ਬੈਠੀ ਨੂੰ ਵੀ ਆਹੋ ਫਿਕਰ ਲੱਗਾ ਰਹਿੰਦਾ ਵੀ ਕਿਤੇ ਇਹਦਾ ਨਵੇਂ ਚ ਨਾ ਆ ਜੇ, ਇਹ ਨਾ ਕਿਤੇ ਇਹਨਾਂ ਕੰਮਾਂ ਚ ਆ ਜੇ। ਮੰਮੀ ਤਾਂ ਇਹ ਫੇਰ ਨਹੀਂ ਆ, ਜੇ ਅਸੀਂ ਇਹਦੇ ਚੰਗੇ ਵਾਸਤੇ ਵੀ ਕਹਿੰਦੇ ਆ ਨਾ ਤੇ ਫਿਰ ਵੀ ਇਹ ਮੈਨੂੰ ਮਾੜਾ ਹੀ ਕਹਿੰਦਾ ਆ। ਸੁੱਖ ਸਮਝਾਵੇ ਵੀ ਤੇ ਤਾਂ ਦਾ ਬੱਚਾ ਮੰਨੇ ਦੇ। ਅੱਜ ਤੇ ਉਹਨੇ ਜਿਹੜੀ ਹਰਕਤ ਕੀਤੀ ਨਾ, ਜਿੱਦਾਂ ਉਹਨੇ ਦਵਿੰਦਰ ਦੇ ਹੱਥ ਚੁੱਕਿਆ ਤੇ ਧੱਕਾ ਮੈਨੂੰ ਵੀ ਮਾਰਿਆ। ਮੈਨੂੰ ਨਹੀਂ ਲੱਗਦਾ ਪਰੇਸ਼ਾਨ ਰਿਹਾ ਪੂਰਾ ਦਿਨ ਵਿਚਾਰਾ। ਮੈਨੂੰ ਕਹਿੰਦਾ ਚੱਲ ਕੋਈ ਨੀ, ਜਿੱਦਾਂ ਤੁਸੀਂ ਕਹਿੰਦੇ ਮੈਂ ਪਿਆਰ ਨਾਲ ਹੀ ਸਮਝਾ ਲੂੰਗਾ। ਵਿਚਾਰੇ ਨੇ ਕੋਈ ਕਿਹਾ ਵੀ ਨਹੀਂ, ਮੈਨੂੰ ਇੰਨਾ ਤਰਸ ਆ ਰਿਹਾ ਸਾਡੇ ਘਰ ਦਾ ਕੀ ਬਣੂਗਾ, ਲੋਕੀ ਕੀ ਕਹਿਣਗੇ, ਅਸੀਂ ਕਿਹਦੇ ਮੂੰਹ ਵੱਲ ਵੇਖਿਆ ਕਰਾਂਗੇ। ਤੁਸੀਂ ਮੰਮੀ ਇਹਦੇ ਮੂੰਹ ਵੱਲ ਵੇਖਣ ਦੀ ਗੱਲ ਕਰਨ ਡੇ ਜੀ, ਤੁਸੀਂ ਦਿਲ ਦੇ ਇੰਨੇ ਸਾਫ਼ ਹੋ ਨਾ ਵੀ ਤੁਸੀਂ ਇਹਨਾਂ ਬਾਰੇ ਪੜ੍ਹ ਹੀ ਨਹੀਂ ਸਕਦੇ। ਪਰ ਮੰਮੀ ਮੈਂ ਇੱਕ ਗੱਲ ਕਹਿ ਦਾਂ, ਇਹਨੇ ਸਾਡਾ ਨਹੀਂ ਜੇ ਬਣਨਾ, ਤੁਸੀਂ ਤੇ ਕਹਿੰਦੇ ਜੇ ਨਾ ਇਹੋ ਹੀ ਸਾਡਾ ਪੁੱਤ ਵਾ, ਨਹੀਂ ਬਣਨਾ ਮੰਮੀ। ਆਪਣੇ ਪੁੱਤ ਪੁੱਤ ਹੁੰਦੇ ਆ, ਜੇ ਬਗਾਨੇ ਪੁੱਤ ਬਣ ਲੱਭਣ ਤੇ ਆਪਣੇ ਪੁੱਤਾਂ ਨੂੰ ਕਿਉਂ ਰੋਣ ਲੋਕੀ। ਹਾਏ ਬਗਾਨਾ ਵਾ ਇਹ ਤੁਹਾਡਾ ਆਪਣਾ ਵਾ ਮੰਮੀ, ਆਪਣੇ ਆਪਣੇ ਹੀ ਹੁੰਦੇ ਆ, ਠੀਕ ਆ। ਇਹ ਕਦੇ ਆਪਣਾ ਨਹੀਂ ਬਣ ਸਕਦਾ। ਇਹਦੇ ਦਿਲ ਵਿੱਚ ਮੇਰੇ ਵਾਸਤੇ ਇੰਨੀ ਜ਼ਹਿਰ ਭਰੀ ਆ ਵੀ ਇਹ ਇੱਥੋਂ ਇੱਥੋਂ ਤੱਕ ਲਫ਼ਜ਼ ਬੋਲ ਜਾਂਦਾ। ਜੇ ਇਹਦੀ ਆਪਣੀ ਭੈਣ ਹੁੰਦੀ ਤੇ ਚਾਚੀ ਇਹਦਾ ਮੂੰਹ ਤੋੜ ਦਿੰਦੀ ਮਾਰ ਮਾਰ ਥੱਪੜ। ਚੱਲ ਕੋਈ ਗੱਲ ਨਹੀਂ, ਤੂੰ ਨਾ ਗੱਲਾਂ ਕਰ, ਚਾਚੀ ਤੇਰੀ ਅੱਗੇ ਹੀ ਬੜੀ ਦੁਖੀ ਹੈ, ਇਹੋ ਜਿਹੇ ਟਾਈਮ ਤੇ ਇਹੋ ਜਿਹੀ ਗੱਲ ਨਾ ਕਰ। ਕਿਤੇ ਸਾਰੇ ਜਾਣੇ ਬੈਠੇ ਮੰਮੀ ਬੈਠੇ ਹੋਣਗੇ, ਸਾਰੇ ਦਾਨੇ ਹੋਸ਼ ਚ ਹੋਊਗਾ ਨਾ ਤੇ ਫੇਰ ਇਹਨੂੰ ਪੁੱਛਾਂਗੇ। ਨਹੀਂ ਹੁਣ ਦੁਖੀ ਹੋਣ ਦਾ ਕੀ ਫਾਇਦਾ? ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਗਲਤ ਰਸਤੇ ਤੇ ਪਏ, ਤੇ ਪਰ ਇੱਕ ਮਾਂ ਹੀ ਆ ਜਿਹੜੇ ਬੱਚੇ ਤੇ ਪੜਦੇ ਪਾ ਪਾ ਕੇ ਨਾ ਤੇ ਆ ਦਿਨ ਵੇਖਣ ਨੂੰ ਲਿਆਉਂਦੀ ਆ। ਹਰੇਕ ਮਾਂ ਪਾਉਂਦੀ ਆ, ਚਲੋ ਨਹੀਂ ਪਾਉਣੇ ਚਾਹੀਦੇ, ਪਰ ਹੁਣ ਪੜਨ ਵਾਸਤੇ ਤੇ ਘਰੋਂ ਬਾਹਰ ਹੀ ਜਾਣਾ ਵਾ, ਪਿੱਛੇ ਇਹਨਾਂ ਦੀਆਂ ਰਾਖੀਆਂ ਤੇ ਕੀਤੀਆਂ ਨਹੀਂ ਜਾਂਦੀਆਂ। ਇੱਕ ਤੇ ਬੱਚਾ ਹੁੰਦਾ ਵੀ ਜਿਹੜੇ ਮਾਂ ਬਾਪ ਨੂੰ ਪਤਾ ਨਹੀਂ ਲੱਗਦਾ, ਲੇਕਿਨ ਮੈਂ ਤੇ ਇਹਦੇ ਬਾਰੇ ਸਾਰਾ ਕੁਝ ਦੱਸਦੀ ਰਹੀ ਹਾਂ ਪਰ ਫਿਰ ਵੀ ਅਣਦੇਖਾ ਕੀਤਾ। ਚੱਲ ਮੇਰੀ ਗੱਲ ਸੁਣ, ਤੂੰ ਨਾ ਬਹੁਤਾ ਹਾਉ ਜੀਆਂ ਗੱਲਾਂ ਕਰ, ਤੇਰੇ ਵੈਰ ਪੈ ਜਾਊਗਾ। ਪਹਿਲਾਂ ਹੀ ਕਿੱਦਾਂ ਕਰਨ ਦਿਆ, ਇਹਨੂੰ ਕੱਢੋ ਕਰੋ ਬਾਹਰ। ਕੱਢ ਲੇਗਾ ਮੰਮੀ ਇਹ ਕਰੋ, ਰਹਿਣ ਦੇ ਤੂੰ। ਆਹੋ ਤੇ ਕਹਿਣ ਦੇ ਕਿ ਤੂੰ ਨਾ ਬੋਤੇ ਗਾ ਹੋ ਕਿ ਆਪੇ ਪਤਾ ਲੱਗ ਜਾਣਾ। ਤੁਸੀਂ ਕਹਿੰਦੇ ਜੀ ਕਿ ਆਪਣਾ ਆਪਣਾ ਵਾ, ਕੋਈ ਆਪਣਾ ਨਹੀਂ ਜੇ ਵੇਖ ਲਓ ਫਿਰ। ਚੱਲ ਅਸੀਂ ਤੇਰੀਆਂ ਗੱਲਾਂ ਨਹੀਂ ਕਰੀਦੀਆਂ ਹੋਈਆਂ, ਆਪਣਾ ਹੀ ਰਹਿਣਾ, ਬਦਲ ਨਹੀਂ ਜਾਣਾ, ਘਰ ਦਾ ਹੀ ਆ।